गिदड़बाह दे सिविल अस्पताल विच 50 बिस्तरियां दा लेवल 2 दा कोरोना वार्ड विच कोरोना मरीजां लई हर तरह दीआं सहूलतां मौजूद हन। इह शब्दां दा प्रगटावा डॉक्टर परमजीत सिंह गुलाटी SMO गिदड़बाह वल्लों प्रेस कॉन्फ्रेंस दौरान कीता गया। उन्हां ने कहा कि इस वेले अस्पताल दे कोरोना वार्ड विच 26 मरीज दाखल हन, जदकि 17 मरीज सेहतयाब हो चुके ने अते अपने घरां नूं परत चुके ने। उन्हां ने दस्सिया कि कुछ दिन पहलां जदों कोरोना वार्ड शुरू कीता गया सी तां जरूरत मुताबिक उपकरण मौजूद नहीं सन, जदकि अज कोरोना वार्ड विच हर तरह दी सहूलत ਮਰੀਜ਼ਾਂ ਲਈ ਮੌਜੂਦ ਹੈ। ਉਹਨਾਂ ਨੇ ਅੱਗੇ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਮੋਨੀਟਰਿੰਗ ਲਈ ਇਸ ਵੇਲੇ 10 ਮੋਨੀਟਰ ਮੌਜੂਦ ਹਨ, ਜਦਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਹਸਪਤਾਲ ਵਿੱਚ ਹਰ ਬੈੱਡ ਲਈ ਇੱਕ ਮੋਨੀਟਰ ਹੋਵੇ ਅਤੇ ਇਸ ਕਮੀ ਨੂੰ ਪੂਰਾ ਕਰਨ ਲਈ ਮੋਨੀਟਰ ਅਤੇ ਹੋਰ ਜ਼ਰੂਰੀ ਉਪਕਰਨ ਲਈ ਆਰਡਰ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਮੌਜੂਦ ਨਗਰ ਕੌਂਸਲ ਦੇ ਪ੍ਰਧਾਨ ਬਿੰਟਾ ਅਰੋੜਾ ਨੇ ਦੱਸਿਆ ਕਿ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੋਸ਼ਿਸ਼ਾਂ ਸਦਕਾ ਆਉਣ ਵਾਲੇ 7-8 ਦਿਨਾਂ ਦੇ ਵਿੱਚ ਹਸਪਤਾਲ ਦਾ ਆਪਣਾ ਆਕਸੀਜਨ ਪਲਾਂਟ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਹਸਪਤਾਲ ਦੀਆਂ ਆਕਸੀਜਨ ਸੰਬੰਧੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ। ਗਿਦੜਬਾਹ ਸਿਵਲ ਹਸਪੀਟਲ ਇੱਕ ਹਫ਼ਤਾ ਪਹਿਲਾਂ 50 ਬੈੱਡ ਦਾ ਲੈਵਲ 2 ਕੋਵਿਡ ਸੈਂਟਰ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਵਿੱਚ ਆਕਸੀਜਨ ਸਪਲਾਈ ਸੈਂਟਰ, ਆਕਸੀਜਨ ਸਪਲਾਈ, ਹੋਰ ਇਕੁਪਮੈਂਟ, ਇਹ ਸਾਰੀ ਚੀਜ਼ਾਂ ਹੈਗੀਆਂ। ਅਤੇ ਜਦੋਂ ਅਸੀਂ ਕੋਵਿਡ ਸੈਂਟਰ ਸ਼ੁਰੂ ਕੀਤਾ ਸੀਗਾ, ਸਾਡੇ ਕੋਲ ਸਿਰਫ ਹੋਸਪਿਟਲ ਦੇ ਵਿੱਚ 2 ਮੋਨੀਟਰ ਸੀਗੇ, 2 ਹੀ ਆਕਸੀਜਨ ਕੰਸਨਟ੍ਰੇਟਰ ਸੀਗੇ। MLA ਸਾਹਿਬ ਦੇ ਸਹਿਯੋਗ ਨਾਲ ਅਤੇ ਹੋਰ ਲੋਕਲ ਅਥਾਰਟੀਜ਼ ਦੇ ਸਹਿਯੋਗ ਨਾਲ ਅਸੀਂ ਹੁਣ ਸਾਡੇ ਕੋਲ ਇਸ ਟਾਈਮ 20 ਆਕਸੀਜਨ ਕੰਸਨਟ੍ਰੇਟਰ ਹੈਗੇ ਆ ਅਤੇ 10 ਮਲਟੀਪੈਰਾ ਮੋਨੀਟਰ ਹੈਗੇ ਆ ਸਾਡੇ ਕੋਲ, ਅਤੇ ਅਸੀਂ ਹੋਰ ਆਕਸੀਜਨ ਕੰਸਨਟ੍ਰੇਟਰ ਦਾ ਅਤੇ ਮਲਟੀਪੈਰਾ ਮੋਨੀਟਰਸ ਦਾ ਆਰਡਰ ਆਲਰੇਡੀ ਪਲੇਸ ਕਰ ਚੁੱਕੇ ਹਾਂ, ਜਿਹੜਾ ਕਿ 2-3 ਦਿਨਾਂ ਦੇ ਵਿੱਚ ਆ ਜਾਏਗਾ। ਅਤੇ ਸਾਡੀ ਇਹ ਪੂਰੀ ਕੋਸ਼ਿਸ਼ ਹੈਗੀ ਆ ਵੀ ਹਰ ਬੈੱਡ 'ਤੇ ਹਰ ਪੇਸ਼ੈਂਟ ਨੂੰ ਆਕਸੀਜਨ ਕੰਸਨਟ੍ਰੇਟਰ ਹੋਵੇ ਅਤੇ ਹਰ ਇੱਕ ਪੇਸ਼ੈਂਟ ਦੇ ਨਾਲ ਬੈੱਡ 'ਤੇ ਮੋਨੀਟਰ ਲੱਗਿਆ ਹੋਵੇ। ਸਾਡੇ ਕੋਲ ਹੁਣ ਇਸ ਟਾਈਮ ਅੱਜ 26 ਪੇਸ਼ੈਂਟ ਦਾਖਲ ਹੈਗੇ ਆ ਅਤੇ 11 ਪੇਸ਼ੈਂਟ ਅਸੀਂ ਅੱਜ ਡਿਸਚਾਰਜ ਕੀਤੇ ਹੈਗੇ ਆ ਜੋ ਠੀਕ ਠਾਕ ਕਰ ਗਏ ਆ, ਸਮੇਂ ਸਿਰ ਸੰਭਾਲਿਆ ਗਿਆ। ਹਾਲਾਤ ਬਹੁਤ ਮਾੜੇ ਹੈਗੇ ਆ, ਲੋਕ ਹਜੇ ਪੂਰੇ ਅਵੇਅਰ ਨਹੀਂ ਹੈਗੇ ਇਸ ਚੀਜ਼ ਨੂੰ ਲੈ ਕੇ, ਅਤੇ ਗਿੱਦੜਵਾ ਇਹ ਹੋਸਪਿਟਲ 'ਚ ਕਾਫੀ ਜ਼ਿਆਦਾ ਸਹੂਲਤਾਂ ਹੋਣ ਕਰਕੇ ਪੇਸ਼ੈਂਟਸ ਨੂੰ ਕਾਫੀ ਫਾਇਦਾ ਹੋ ਰਿਹਾ, ਤਾਂ ਕਿ ਬਾਹਰ ਪੇਸ਼ੈਂਟ ਨੂੰ ਛੋਟੀ ਛੋਟੀ ਗੱਲ ਪਿੱਛੇ ਬਾਹਰ ਨਹੀਂ ਭੱਜਣਾ ਪੈਂਦਾ। ਅਸੀਂ ਸਾਨੂੰ ਹੁਣ ਇਹ ਵੀ ਸੁਣਨ ਆਇਆ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਡੇ ਇੱਥੇ ਆਕਸੀਜਨ ਪਲਾਂਟ ਲੱਗ ਰਿਹਾ ਹੈਗਾ ਅਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਪਲਾਂਟ ਇੱਥੇ ਫੰਕਸ਼ਨਲ ਹੋ ਜਾਏਗਾ। ਆਕਸੀਜਨ ਦੀ ਸਪਲਾਈ ਸਾਨੂੰ ਇਸ ਟਾਈਮ ਉਸ ਪਲਾਂਟ ਲੱਗਣ ਕਰਕੇ ਪੂਰੀ ਹੋ ਜਾਏਗੀ, ਇਸ ਕਰਕੇ ਹੋ ਸਕਦਾ ਜੇ ਜ਼ਿਆਦਾ ਵੱਡਾ ਪਲਾਂਟ ਹੋਵੇ ਹੋ ਸਕਦਾ ਅਸੀਂ ਇੱਥੋਂ ਬਾਹਰ ਵੀ ਸਪਲਾਈ ਦਿੱਤੀ ਜਾ ਸਕਦੀ। ਕੋਵਿਡ ਮਹਾਂਮਾਰੀ ਦੇ ਫੈਲਣ ਕਰਕੇ MLA ਸਾਹਿਬ ਨੇ ਉਪਰਾਲਾ ਕੀਤਾ ਕਿ ਗਿੱਦੜਵਾ ਨੂੰ ਕੋਵਿਡ ਸੈਂਟਰ ਬਣਾਇਆ ਜਾਵੇ। ਉਹਨਾਂ ਨੇ ਜਲਦੀ ਹੀ ਮਨਜ਼ੂਰੀ ਲੈ ਕੇ ਇੱਥੇ ਗਿੱਦੜਵਾ ਦੇ ਵਿੱਚ 50 ਬਿਸਤਰਿਆਂ ਦੇ ਹੋਸਪਿਟਲ ਨੂੰ ਕੋਵਿਡ ਸੈਂਟਰ ਦੇ ਵਿੱਚ ਤਬਦੀਲ ਕਰਵਾਇਆ। ਪਹਿਲਾਂ ਸਾਡੇ ਕੋਲ ਇਸ ਸੈਂਟਰ ਨੂੰ ਸ਼ੁਰੂ ਕਰਨ ਲਈ ਘੱਟ ਉਪਕਰਨ ਸਨ, ਪਰ MLA ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ ਸਾਡੇ ਕੋਲ ਅੱਜ ਆਕਸੀਜਨ ਕੌਂਸਨਟ੍ਰੇਟ ਵੀ 20 ਹੋ ਗਏ ਹੈ, ਮੋਨੀਟਰ ਵੀ ਸਾਡੇ ਕੋਲ 10 ਹੋ ਗਏ, ਹੋਰ ਵੀ ਉਹਨਾਂ ਨੇ ਆਰਡਰ ਕੀਤੇ ਹੋਏ ਆ 13 ਦੇ ਕਰੀਬ। ਆਕਸੀਜਨ ਅਸਲੇ ਸਾਹਿਬ ਨੂੰ ਨਿਗਾਹ ਕਰਵਾਈ ਵੀ ਆਕਸੀਜਨ ਸਾਨੂੰ ਲਿਆਉਣ 'ਚ ਲਗਾਉਣ ਵਾਲੀ ਤੋਂ ਲੈ ਕੇ ਆਉਣੀ ਪੈਂਦੀ ਹੈ, ਉਹਦੇ ਕਰਕੇ ਸਾਨੂੰ ਦਿੱਕਤ ਰਹਿੰਦੀ ਇੱਥੇ ਪੇਸ਼ੈਂਟ ਲਈ ਜੀ। ਉਹਨਾਂ ਨੇ ਉਹ ਕੋਸ਼ਿਸ਼ ਕਰ ਰਹੇ ਆ ਵੀ ਗਿੱਦੜਵਾ ਹੋਸਪਿਟਲ ਦੇ ਵਿੱਚ ਹੀ 8-10 ਦਿਨਾਂ ਦੇ ਅੰਦਰ ਇੱਕ ਆਕਸੀਜਨ ਪਲਾਂਟ ਇੱਥੇ ਸ਼ੁਰੂ ਕਰਵਾ ਦਿੱਤਾ ਜਾਵੇ। ਉਹ ਕੋਸ਼ਿਸ਼ ਕਰ ਰਹੇ ਆ ਜੀ, ਸਾਨੂੰ ਲੱਗਦਾ ਵੀ 8-10 ਦਿਨਾਂ ਦੇ ਅੰਦਰ ਉਹ ਵੀ ਚਾਲੂ ਹਾਲਤ 'ਚ ਹੋ ਜਾਏਗਾ। ਆਕਸੀਜਨ ਦੀ ਜਿੰਨੀ ਵੀ ਜ਼ਰੂਰਤ ਹੋਵੇ ਆਪਣੀ ਨਾਲ ਦੀ ਨਾਲ ਪੂਰੀ ਹੁੰਦੀ ਰਹੇਗੀ। देश विदेश के तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।